ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪ ਸਥਾਨ ਦੇ ਨਾਲ ਹੀ ਸ਼ਿਵਜੀ ਭਗਵਾਨ ਜੀ ਦਾ ਮੰਦਰ ਬਣਿਆ ਹੋਇਆ ਜੀ। ਆਜੋ ਆਪਾਂ ਇਸ ਮੰਦਰ ਦੇ ਵੀ ਦਰਸ਼ਨ ਕਰਦੇ ਹਾਂ ਜੀ। ਬਹੁਤ ਸੋਹਣਾ ਨੇਚਰ, ਕੁਦਰਤ ਦੀ ਗੋਦ ਦੇ ਵਿੱਚ ਚਨਾਬ ਦੇ ਕੰਢੇ ਦੇ ਉੱਤੇ ਇਹ ਮੰਦਰ ਵੀ ਬਣਿਆ ਹੋਇਆ ਜੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪ ਸਥਾਨ ਦੇ ਦਰਸ਼ਨ ਕੀਤੇ ਸੀ। ਇਸ ਵੀਡੀਓ ਦੇ ਵਿੱਚ ਆਪਾਂ ਭਗਵਾਨ ਸ਼ਿਵਜੀ ਜੀ ਦੇ, ਭੋਲੇ ਸ਼ੰਕਰ ਜੀ ਦੇ ਮੰਦਰ ਦੇ ਦਰਸ਼ਨ ਕਰਾਂਗੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਂਸਲਾ ਵਧਾਇਆ ਕਰੋ ਜੀ। ਆਜੋ ਆਪਾਂ ਸਾਰੇ ਜਣੇ ਰਲ ਮਿਲ ਕੇ ਇਸ ਮੰਦਰ ਦੇ ਜੀ ਦਰਸ਼ਨ ਕਰਦੇ ਹਾਂ ਜੀ। ਇਹ ਮੰਦਰ ਵੀ ਬਹੁਤ ਸੋਹਣਾ ਮੰਦਰ ਬਣਿਆ ਹੋਇਆ ਜੀ। ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਉੱਤੇ ਚਾਰੇ ਪਾਸੇ ਦੇਖੋ ਦਰਖਤ ਹੀ ਦਰਖਤ ਨੇ, ਹਰਿਆਲੀ ਆ, ਨੇਚਰ ਆ, ਕੁਦਰਤ ਆ ਜੀ। ਬਹੁਤ ਸੋਹਣਾ ਦ੍ਰਿਸ਼ ਆ, ਮਨ ਨੂੰ ਇੱਕ ਸ਼ਾਂਤੀ, ਇੱਕ ਸਕੂਨ ਮਿਲਦਾ ਆ ਆਪਾਂ ਜਦੋਂ ਇਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਹਾਂ ਜੀ। ਦੇਖੋ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਆ ਜੀ, ਬਹੁਤ ਸੋਹਣਾ ਆ। ਬਣੇ ਰਹੋ ਪੂਰੀ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਜੀ। ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ, ਚਨਾਬ ਦਰਿਆ ਵਹਿੰਦਾ ਆ ਜੀ। ਅਤੇ ਇਹ ਬਣਿਆ ਹੋਇਆ ਮੰਦਰ ਜੀ ਭਗਵਾਨ ਭੋਲੇ ਸ਼ੰਕਰ ਜੀ ਦਾ। ਤੁਸੀਂ ਦੇਖੋ ਕਿੰਨਾ ਸੋਹਣਾ ਮੌਸਮ ਆ, ਨੇਚਰ ਆ, ਕੁਦਰਤ ਆ, ਜਿਹੜੀ ਮਨ ਨੂੰ ਸਕੂਨ ਆਉਂਦਾ ਆ ਜੀ। ਯਕੀਨ ਮੰਨਿਓ ਜਦੋਂ ਕਦੇ ਤੁਸੀਂ ਕਟੜਾ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਨੂੰ ਜਾਵੋ ਤਾਂ ਇੱਕ ਵਾਰ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਕੇ ਜਾਇਓ ਜੀ। ਭਗਵਾਨ ਭੋਲੇ ਸ਼ੰਕਰ ਜੀ ਦੇ ਮੰਦਰ ਦੇ ਦਰਸ਼ਨ ਜ਼ਰੂਰ ਕਰਿਓ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤਪ ਸਥਾਨ ਬਣਿਆ ਹੋਇਆ ਜੀ, ਉਸ ਸਥਾਨ ਦੇ ਵੀ ਦਰਸ਼ਨ ਤੁਸੀਂ ਜ਼ਰੂਰ ਕਰਿਓ। ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨਾਲ ਜ਼ਰੂਰ ਇਸ ਨੂੰ ਸ਼ੇਅਰ ਕਰਿਓ ਜੀ। ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਚਨਾਬ ਦਰਿਆ ਜੀ ਕਿੰਨੀ ਸਪੀਡ ਦੇ ਨਾਲ ਵਹਿੰਦਾ ਆ। ਆਜੋ ਪਹਿਲਾਂ ਆਪਾਂ ਭਗਵਾਨ ਭੋਲੇ ਸ਼ੰਕਰ ਜੀ ਦੇ ਇਸ ਮੰਦਰ ਦੇ ਜੀ ਦਰਸ਼ਨ ਕਰਦੇ ਹਾਂ। ਇੱਕ ਜ਼ਰੂਰੀ ਉਰੇ ਹੋਰ ਗੱਲ ਆ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਜੀ ਜੋ ਕਿ ਗੱਦੀ ਨਸ਼ੀਨ ਨੇ ਜੀ, ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪ ਸਥਾਨ ਦੇ ਜੀ ਮੁੱਖ ਸੇਵਾਦਾਰ ਨੇ ਬਾਬਾ ਜੀ। ਬਾਬਾ ਜੀ ਨੇ 21 ਮਈ 2022 ਨੂੰ ਜੀ ਇਸ ਮੰਦਰ ਦੀ ਸਥਾਪਨਾ ਕੀਤੀ ਸੀ ਜੀ। ਬਹੁਤ ਸੋਹਣਾ ਜੀ ਇਹ ਬਾਬਾ ਜੀ ਨੇ ਮੰਦਰ ਬਣਵਾਇਆ ਹੈ ਜੀ। ਸ਼ਿਵ ਪਰਿਵਾਰ ਦੀ ਵੀ ਸਥਾਪਨਾ ਜੀ ਇਸ ਮੰਦਰ ਦੇ ਵਿੱਚ ਕੀਤੀ ਗਈ ਆ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਮੈਂ ਜੀ ਇਸ ਵਕਤ ਖੜ੍ਹਾ ਹਾਂ ਚਨਾਬ ਦਰਿਆ ਦੇ ਕੰਢੇ 'ਤੇ ਜੀ। ਮੇਰੇ ਪਿਛਲੇ ਪਾਸੇ ਤੁਸੀਂ ਚਨਾਬ ਦਰਿਆ ਨੂੰ ਵਹਿੰਦੇ ਹੋਏ ਦੇਖ ਸਕਦੇ ਹੋ। ਬਹੁਤ ਸਪੀਡ ਦੇ ਨਾਲ ਜੀ ਇਹ ਚਨਾਬ ਦਰਿਆ ਵਹਿ ਰਿਹਾ ਜੀ। ਇਹ ਆ ਕੰਢਾ ਜੀ, ਚਨਾਬ ਦਰਿਆ ਦਾ ਕੰਢਾ ਜੀ। ਇਹ ਪਿੱਛੇ ਆਪਾਂ ਦਰਸ਼ਨ ਕਰਕੇ ਆਏ ਹਾਂ ਮੰਦਰ ਦੇ ਜੀ। ਮੰਦਰ ਸਾਹਮਣੇ ਤੁਸੀਂ ਸਕਰੀਨ ਦੇ ਉੱਤੇ ਮੰਦਰ ਦੇ ਦਰਸ਼ਨ ਵੀ ਕਰ ਸਕਦੇ ਹੋ। ਇਸ ਮੰਦਰ ਦੇ ਬਿਲਕੁਲ ਪਿਛਲੇ ਪਾਸੇ ਜੀ ਇਸ ਜਗ੍ਹਾ ਜੀ ਘਾਟ ਤਿਆਰ ਕੀਤਾ ਜਾ ਰਿਹਾ
ਜਿਸ ਤਰ੍ਹਾਂ ਹਰਿਦੁਆਰ ਦੇ ਵਿੱਚ ਘਾਟ ਨੇ ਜੀ, ਉਸੇ ਤਰ੍ਹਾਂ ਇਸ ਜਗ੍ਹਾ ਵੀ ਘਾਟ ਤਿਆਰ ਕੀਤਾ ਜਾ ਰਿਹਾ ਆ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਜੀ, ਕੰਮ ਜਾਰੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਘਾਟ ਵੀ ਬਣ ਕੇ ਤਿਆਰ ਹੋ ਜਾਣਾ ਆ ਜੀ। ਤੁਹਾਡਾ ਮੌਕਾ ਲੱਗਿਆ ਜਦੋਂ ਤੁਸੀਂ ਕਟੜਾ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਨੂੰ ਆਉਂਦੇ ਹੋ, ਤਾਂ ਇਸ ਵਾਰ ਇਸ ਸਥਾਨ ਦੇ ਵੀ ਦਰਸ਼ਨ ਜ਼ਰੂਰ ਕਰਕੇ ਜਾਇਓ ਜੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪ ਸਥਾਨ ਦੇ ਦਰਸ਼ਨ ਕਰਿਓ, ਅਤੇ ਉਸ ਦੇ ਨਾਲ ਭਗਵਾਨ ਭੋਲੇ ਸ਼ੰਕਰ ਜੀ ਦੇ ਮੰਦਰ ਦੇ ਜੀ ਇਸ ਸਥਾਨ ਦੇ ਵੀ ਦਰਸ਼ਨ ਜ਼ਰੂਰ ਕਰਿਓ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਜੀ ਇਹ ਚਨਾਬ ਦਰਿਆ, ਚਾਰੇ ਪਾਸੇ ਉੱਚੇ ਉੱਚੇ ਪਹਾੜ ਨੇ ਜੀ। ਮਨ ਨੂੰ ਸਕੂਨ, ਇੱਕ ਸ਼ਾਂਤੀ ਮਿਲਦੀ ਆ ਜੀ, ਟਿਕਾ ਆਉਂਦਾ ਮਨ ਨੂੰ ਜਦੋਂ ਆਪਾਂ ਇਹਨਾਂ ਸਥਾਨਾਂ 'ਤੇ ਆਉਂਦੇ ਹਾਂ, ਦਰਸ਼ਨ ਕਰਦੇ ਹਾਂ ਜੀ। ਤਕਰੀਬਨ 8 ਵਜੇ ਦਾ ਟਾਈਮ ਹੋ ਗਿਆ ਆ, ਅਤੇ ਯਕੀਨ ਮੰਨਿਓ ਹਲੇ ਤੱਕ ਜਾਣੀ ਧੁੱਪ ਦਿਖਾਈ ਨਹੀਂ ਦਿੱਤੀ, ਮੌਸਮ ਬਹੁਤ ਜ਼ਿਆਦਾ ਠੰਡਾ ਆ। ਰਾਤ ਵੇਲੇ ਜਦੋਂ ਸੁੱਤਾ ਆਇਆ ਮੈਂ ਜੀ, ਤਾਂ ਪੱਖਾ ਬੰਦ ਕਰਨਾ ਪਿਆ ਆ, ਜਾਣੀ ਇੰਨੀ ਕੂਲਿੰਗ ਆ, ਠੰਡ ਆ ਜੀ ਇਸ ਜਗ੍ਹਾ ਦੇ ਉੱਤੇ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਂਸਲਾ ਵਧਾਇਆ ਕਰੋ ਜੀ। ਇਹ ਬਹਿੰਦਾ ਜੀ ਚਨਾਬ ਦਰਿਆ ਇਸ ਮੰਦਰ ਦੇ ਬਿਲਕੁਲ ਨਾਲ ਜੀ, ਅਤੇ ਦੂਸਰੇ ਪਾਸੇ ਆ ਪਾਕਿਸਤਾਨ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਜੀ। ਇਹ ਆ ਜੀ ਚਨਾਬ ਦਰਿਆ, ਮੈਂ ਇਹਦੇ ਵਿੱਚ ਨਾ ਪੈਰ ਪਾਏ ਹੋਏ ਨੇ, ਤੁਸੀਂ ਯਕੀਨ ਮੰਨਿਓ ਬਰਫ਼ ਨਾਲੋਂ ਵੀ ਠੰਡਾ ਪਾਣੀ ਆ, ਪੂਰਾ ਚਿਲਡ ਪਾਣੀ ਆ ਜੀ ਇਹ, ਜਾਣੀ ਪੈਰ ਜ਼ਿਆਦਾਤਰ ਪੈਂਦੇ ਨਹੀਂ ਹੈਗੇ ਇਹਦੇ ਵਿੱਚ, ਸੁੰਨ ਹੋ ਗਏ ਪੈਰ, ਜਾਣੀ ਇੰਨੀ ਜ਼ਿਆਦਾ ਠੰਡਕ ਆ ਪਾਣੀ ਦੇ ਵਿੱਚ ਜੀ, ਪੂਰਾ ਠੰਡਾ ਆ ਪਾਣੀ ਇਹ। ਦੁਬਾਰਾ ਫਿਰ ਪਾਏ ਨੇ ਮੈਂ, ਜਾਣੀ 10 ਮਿੰਟ ਪੈਰ ਰੱਖੇ ਨਹੀਂ ਜਾਂਦੇ ਹੈਗੇ ਜੀ, ਇੰਨਾ ਜ਼ਿਆਦਾ ਪਾਣੀ ਚਿਲਡ ਆ ਇਹ, ਜਾਣੀ 1 ਮਿੰਟ ਰੱਖ ਕੇ ਕੱਢਣੇ ਪੈਂਦੇ ਆ ਪੈਰ, ਪੂਰਾ ਚਿਲਡ ਪਾਣੀ ਆ। ਇਹ ਆ ਜੀ ਚਨਾਬ ਦਰਿਆ। ਆਪਾਂ ਸਭ ਨੇ ਜੀ ਰਲ ਮਿਲ ਕੇ ਇਸ ਸਥਾਨ ਦੇ ਜੀ, ਇਸ ਮੰਦਰ ਦੇ ਜੀ, ਭਗਵਾਨ ਭੋਲੇ ਸ਼ੰਕਰ ਜੀ ਦੇ ਮੰਦਰ ਦੇ ਦਰਸ਼ਨ ਕਰ ਲਏ ਨੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਂਸਲਾ ਵਧਾਇਆ ਕਰੋ ਜੀ। ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ, ਨਵੀਂ ਜਗ੍ਹਾ ਦੇ ਉੱਤੇ ਜੀ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਆਜੋ ਜੀ ਹੁਣ ਆਪਾਂ ਚੱਲਦੇ ਹਾਂ ਆਪਣੇ ਸੋਹਣੇ ਵਤਨ ਪੰਜਾਬ ਵੱਲ ਨੂੰ। ਉਰੋਂ ਜਦੋਂ ਆਪਾਂ ਮਿੰਨੀ ਬੱਸ ਜਾਂ ਮੈਟਾਡੋਰ ਲੈਂਦੇ ਹਾਂ ਤਾਂ ਚੱਲਦੀਆਂ ਮੈਟਾਡੋਰ ਦੇ ਵਿੱਚ ਜੀ ਦੁੱਧ ਵੇਚਿਆ ਜਾਂਦਾ ਆ, ਖਰੀਦਿਆ ਜਾਂਦਾ ਆ। ਆਪਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ, ਟ੍ਰੇਨ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਕਟੜਾ ਸ਼ਹਿਰ ਦਾ ਰੇਲਵੇ ਸਟੇਸ਼ਨ ਜਿਸ ਦੇ ਉੱਤੇ ਬਹੁਤ ਜ਼ਿਆਦਾ ਸਫਾਈ ਆ, ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ। ਇਸ ਲਈ ਪੂਰੀ ਵੀਡੀਓ ਦੇ ਵਿੱਚ ਸਾਡੇ ਨਾਲ ਬਣੇ ਰਹੋ ਜੀ। ਇਹ ਆ ਜੀ ਕਟੜਾ ਸ਼ਹਿਰ ਦਾ ਰੇਲਵੇ ਸਟੇਸ਼ਨ, ਇਸ ਨੂੰ SVDK ਵੀ ਕਿਹਾ ਜਾਂਦਾ ਆ। ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਜੀ ਬਹੁਤ ਜ਼ਿਆਦਾ ਸਫਾਈ ਜੀ ਇਸ ਸਟੇਸ਼ਨ ਦੇ ਉੱਤੇ ਆ ਜੀ। ਬਹੁਤ ਵਧੀਆ ਤਰੀਕੇ ਨਾਲ ਇਸ ਸਟੇਸ਼ਨ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਜੀ। ਅਸੀਂ ਆਪਣੇ ਸਫ਼ਰ ਦੌਰਾਨ ਜੀ ਅੱਜ ਤੱਕ ਜਿੰਨੇ ਕੁ ਵੀ ਸਟੇਸ਼ਨ ਦੇਖੇ ਨੇ ਜੀ ਉਹਨਾਂ 'ਚ ਸਾਰਿਆਂ ਨਾਲੋਂ ਜ਼ਿਆਦਾ ਸਫਾਈ ਜੀ ਸਾਨੂੰ ਇਸ ਸਟੇਸ਼ਨ ਦੇ ਉੱਤੇ ਲੱਗੀ ਆ ਜੀ। ਤੁਸੀਂ ਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ। ਮਾਤਾ ਵੈਸ਼ਨੋ ਦੇਵੀ ਕਟੜਾ ਸ਼ਹਿਰ ਦੇ ਨਾਲ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪ ਸਥਾਨ ਦੇ ਜੀ ਭਗਵਾਨ ਭੋਲੇ ਸ਼ੰਕਰ ਜੀ ਦੇ ਮੰਦਿਰ ਦੇ ਦਰਸ਼ਨ ਕਰ ਚੱਲੇ ਜੀ। ਇਹ ਟ੍ਰੇਨ ਆਪਣੀ ਲੱਗੀ ਹੋਈ ਜੀ, ਚੱਲਦੇ ਹਾਂ ਆਪਾਂ ਟ੍ਰੇਨ ਦੇ ਅੰਦਰ ਨੂੰ। ਬਾਏ ਬਾਏ ਕਰਦੇ ਕੱਡਾ ਸ਼ਹਿਰ ਨੂੰ ਜੀ, ਅਤੇ ਚੱਲਦੇ ਹਾਂ ਆਪਣੀ ਸੀਟ 'ਤੇ ਬੈਠਦੇ ਹਾਂ ਜੀ। ਇਹ ਆ ਸੀਟ ਜੀ ਆਪਣੀ, ਜ਼ਿੰਦਗੀ 'ਚ ਮੌਕਾ ਲੱਗਿਆ ਫਿਰ ਆਪਾਂ ਆਵਾਂਗੇ ਜੀ ਕੱਟੜਾ ਸ਼ਹਿਰ ਦੇ ਵਿੱਚ। ਆਓ ਵੀ ਖਾਈਏ ਕੱਪ ਮੈਗੀ, 50 ਰੁਪੀਸ ਦੀ ਦਿੰਦੇ ਨੇ ਇਹ ਟ੍ਰੇਨ ਦੇ ਵਿੱਚ।